ਸੁਹਾਗਰਾਤ ਬਣੀ ਲਾੜੇ ਦੀ ਆਖਰੀ ਰਾਤ। ਜਦੋਂ ਕਮਰੇ 'ਚ ਬੰਦ ਸੀ ਜੋੜਾ ਤਾਂ ਲਾੜੇ ਨੂੰ ਆਇਆ ਫੋਨ। ਅਗਲੇ ਦਿਨ ਖੇਤਾਂ 'ਚ ਲਮਕਦੀ ਮਿਲੀ ਲਾੜੇ ਦੀ ਲਾਸ਼। ਤਾਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਪਿਆਂ ਦੇ ਵੱਲੋਂ ਆਪਣੇ ਮੁੰਡੇ ਦਾ ਵਿਆਹ ਕੀਤਾ ਜਾਂਦਾ ਹੈ, ਸੁਹਾਗਰਾਤ ਵਾਲੇ ਦਿਨ ਹੀ ਮੁੰਡੇ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਤਨੀ ਸਦਮੇ ਦੇ ਵਿੱਚ ਹੈ, ਪੂਰਾ ਪਰਿਵਾਰ ਤਿੱਤਰ ਬਿੱਤਰ ਹੋ ਗਿਆ ਹੈ। ਕਿਉਂਕਿ ਖੁਸ਼ੀਆਂ ਦਾ ਮਾਹੌਲ ਸੀ, ਪਰਿਵਾਰ ਬਰਾਤ ਲੈ ਕੇ ਗਏ ਸੀ, ਡੋਲੀ ਲੈ ਕੇ ਵਾਪਸ ਆਏ ਤਾਂ ਥੱਕਿਆ ਹੋਇਆ ਸੀ ਪੂਰਾ ਪਰਿਵਾਰ, ਆਪੋ ਆਪਣੇ ਕਮਰਿਆਂ ਦੇ ਵਿੱਚ ਸੋ ਰਹੇ ਸੀ, ਤਾਂ ਲਾੜਾ ਲਾੜੀ ਵੀ ਇੱਕ ਕਮਰੇ ਦੇ ਵਿੱਚ ਸੀ। ਅਚਾਨਕ ਲਾੜੇ ਨੂੰ ਫੋਨ ਆਉਂਦਾ ਹੈ, ਲਾੜਾ ਉੱਠ ਕੇ ਬਾਹਰ ਗਿਆ, ਫਿਰ ਵਾਪਸ ਨਹੀਂ ਮੁੜਿਆ। ਅਗਲੇ ਦਿਨ ਖੇਤਾਂ ਦੇ ਵਿੱਚ ਪੇੜ ਨਾਲ ਲਮਕਦੀ ਹੋਈ ਉਸਦੀ ਲਾਸ਼ ਮਿਲੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਾਣੀਪਤ ਦੀਆਂ, ਜਿੱਥੇ ਇੱਕ ਲਾੜੇ ਦੀ ਮੌਤ ਹੋ ਗਈ ਹੈ, ਉਹ ਵੀ ਸੁਹਾਗਰਾਤ ਵਾਲੇ ਦਿਨ। ਆਓ ਰਿਸ਼ਤੇਦਾਰਾਂ ਦਾ ਕੀ ਕਹਿਣਾ ਹੈ, ਪੁਲਿਸ ਦਾ ਕੀ ਕਹਿਣਾ ਹੈ, ਜਾਣਦੇ ਹਾਂ। ਹਮਕੋ ਡਾਇਲ 112 ਸੇ ਸੂਚਨਾ ਮਿਲੀ ਥੀ ਕਿ ਕਿਸੀ ਅਗਿਆਤ ਵਿਅਕਤੀ ਨੇ ਫਾਂਸੀ ਲੈ ਲਈ ਹੈ, ਤੋ ਇਸਕੀ ਪਹਿਚਾਨ ਹਰਦੀਪ ਨਾਮ ਸੇ ਹੋਈ ਹੈ, ਅਭੀ ਜਾਂਚ ਚੱਲ ਰਹੀ ਹੈ, ਪੋਸਟਮਾਰਟਮ ਕਰਾ ਕੇ ਅਸਲ ਮ੍ਰਿਤਯੂ ਕੀ ਜਾਣਕਾਰੀ ਕਾ ਪਤਾ ਲਗਾਇਆ ਜਾਏ। ਸ਼ਾਦੀ ਅਭੀ ਬਤਾ ਰਹੇ ਥੇ? ਹਾਂ, ਇਸਕੀ ਅਭੀ ਬਤਾ ਰਹੇ ਥੇ ਕਿ ਦੋ ਦਿਨ ਪਹਿਲੇ ਸ਼ਾਦੀ ਹੋਈ। ਕਿਆ ਨਾਮ ਬਤਾਇਆ ਸਰ? ਹਰਦੀਪ ਨਾਮ ਹੈ ਇਸਕਾ, ਖੋਦਪੁਰ ਆਵਾਸੀ ਹੈ। ਕਹਾਂ ਮਿਲਾ ਸਰ ਯੇ, ਕੌਨ ਸੇ ਬਤਾ? ਯੇ ਬਬੈਲ ਕੇ ਗਾਂਵ ਮੇ ਮਿਲਾ ਹੈ, ਔਰ ਯੇ ਨਦੀ ਕਿਨਾਰੇ। ਠੀਕ। ਖੋਦਪੁਰ ਕਾ ਰਹਿਣ ਵਾਲਾ ਹਰਦੀਪ ਹੈ, ਬਦੀਓ ਮੈਂ ਤਾਂ ਹੈ, ਔਰ ਪਰਸੋਂ ਇਸਕੀ ਸ਼ਾਦੀ ਹੋਈ ਥੀ। ਹਾਂ, ਔਰ ਯਹਾਂ ਪੇ ਲਟਕੇ ਮਿਲੇ ਯੇ। ਕਿਆ ਕਾਮ ਕਰਤੇ? ਇਹ ਟਰੈਕਟਰ ਚਲਾਤਾ ਥਾ ਪਾਣੀ ਵਾਲਾ। ਹਾਂ, ਰਾਤ 2:30 ਵਜੇ ਕਾ ਬੋਲ ਰਿਹਾ ਇਸਕਾ ਪਾਪਾ, ਆ ਤਾਂ ਕਰਤਾ ਆਪਣੇ ਬੜੇ ਭਾਈ ਤਾਂ ਮਿਲ ਲੈਣੇ। ਇਸਕਾ ਪਾਪਾ ਬੋਲਿਆ ਵੀ ਬੇਦਖਲ ਕਰ ਰੱਖਿਆ ਹਮਨੇ, ਮਾਰਾ ਤਾਂ ਕੋਈ ਹੋਰ ਸੰਬੰਧ ਨਹੀਂ, ਫਿਰ ਵੀ ਉਸ ਤੋਂ ਮਿਲਣੇ ਆ ਗਿਆ, ਫਿਰ ਪਤਾ ਲੱਗਿਆ ਤਾਂ ਯਾਰ ਲੱਗਾ। 7 ਨੰਬਰ ਪਿੱਡੀ ਵਿੱਚ ਪਏ ਹਾਂ। ਕਿਆ ਕੁਛ ਕੰਮ ਕਰਤਾ ਹਰਦੀਪ? ਇਹ ਪਾਣੀ ਕਾ ਟਰੈਕਟਰ ਚਲਾਤਾ, ਡਰਾਈਵਰੀ ਕਰਤਾ ਤਾ। ਆਪਕੇ ਪਾਸ? ਮੇਰੇ ਪਾਸ ਵੀ, ਔਰ ਕਿਸੀ ਕੇ ਪਾਸ ਵੀ, ਦਿਹਾੜੀ ਕਰਤਾ ਤਾ ਵਿਚਾਰਾ। ਸੁਹਾਗਰਾਤ ਬਣੀ ਲਾੜੇ ਦੀ ਆਖਰੀ ਰਾਤ। ਜਦੋਂ ਕਮਰੇ 'ਚ ਬੰਦ ਸੀ ਜੋੜਾ ਤਾਂ ਲਾੜੇ ਨੂੰ ਆਇਆ ਫੋਨ। ਅਗਲੇ ਦਿਨ ਖੇਤਾਂ 'ਚ ਲਮਕਦੀ ਮਿਲੀ ਲਾੜੇ ਦੀ ਲਾਸ਼। ਤਾਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਪਿਆਂ ਦੇ ਵੱਲੋਂ ਆਪਣੇ ਮੁੰਡੇ ਦਾ ਵਿਆਹ ਕੀਤਾ ਜਾਂਦਾ ਹੈ, ਸੁਹਾਗਰਾਤ ਵਾਲੇ ਦਿਨ ਹੀ ਮੁੰਡੇ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਤਨੀ ਸਦਮੇ ਦੇ ਵਿੱਚ ਹੈ, ਪੂਰਾ ਪਰਿਵਾਰ ਤਿੱਤਰ ਬਿੱਤਰ ਹੋ ਗਿਆ ਹੈ। ਕਿਉਂਕਿ ਖੁਸ਼ੀਆਂ ਦਾ ਮਾਹੌਲ ਸੀ, ਪਰਿਵਾਰ ਬਰਾਤ ਲੈ ਕੇ ਗਏ ਸੀ, ਡੋਲੀ ਲੈ ਕੇ ਵਾਪਸ ਆਏ ਤਾਂ ਥੱਕਿਆ ਹੋਇਆ ਸੀ ਪੂਰਾ ਪਰਿਵਾਰ, ਆਪੋ ਆਪਣੇ ਕਮਰਿਆਂ ਦੇ ਵਿੱਚ ਸੋ ਰਹੇ ਸੀ, ਤਾਂ ਲਾੜਾ ਲਾੜੀ ਵੀ ਇੱਕ ਕਮਰੇ ਦੇ ਵਿੱਚ ਸੀ। ਅਚਾਨਕ ਲਾੜੇ ਨੂੰ ਫੋਨ ਆਉਂਦਾ ਹੈ, ਲਾੜਾ ਉੱਠ ਕੇ ਬਾਹਰ ਗਿਆ, ਫਿਰ ਵਾਪਸ ਨਹੀਂ ਮੁੜਿਆ। ਅਗਲੇ ਦਿਨ ਖੇਤਾਂ ਦੇ ਵਿੱਚ ਪੇੜ ਨਾਲ ਲਮਕਦੀ ਹੋਈ ਉਸਦੀ ਲਾਸ਼ ਮਿਲੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਾਣੀਪਤ ਦੀਆਂ, ਜਿੱਥੇ ਇੱਕ ਲਾੜੇ ਦੀ ਮੌਤ ਹੋ ਗਈ ਹੈ, ਉਹ ਵੀ ਸੁਹਾਗਰਾਤ ਵਾਲੇ ਦਿਨ। ਆਓ ਰਿਸ਼ਤੇਦਾਰਾਂ ਦਾ ਕੀ ਕਹਿਣਾ ਹੈ, ਪੁਲਿਸ ਦਾ ਕੀ ਕਹਿਣਾ ਹੈ, ਜਾਣਦੇ ਹਾਂ। ਹਮਕੋ ਡਾਇਲ 112 ਸੇ ਸੂਚਨਾ ਮਿਲੀ ਥੀ ਕਿ ਕਿਸੀ ਅਗਿਆਤ ਵਿਅਕਤੀ ਨੇ ਫਾਂਸੀ ਲੈ ਲਈ ਹੈ, ਤੋ ਇਸਕੀ ਪਹਿਚਾਨ ਹਰਦੀਪ ਨਾਮ ਸੇ ਹੋਈ ਹੈ, ਅਭੀ ਜਾਂਚ ਚੱਲ ਰਹੀ ਹੈ, ਪੋਸਟਮਾਰਟਮ ਕਰਾ ਕੇ ਅਸਲ ਮ੍ਰਿਤਯੂ ਕੀ ਜਾਣਕਾਰੀ ਕਾ ਪਤਾ ਲਗਾਇਆ ਜਾਏ। ਸ਼ਾਦੀ ਅਭੀ ਬਤਾ ਰਹੇ ਥੇ? ਹਾਂ, ਇਸਕੀ ਅਭੀ ਬਤਾ ਰਹੇ ਥੇ ਕਿ ਦੋ ਦਿਨ ਪਹਿਲੇ ਸ਼ਾਦੀ ਹੋਈ। ਕਿਆ ਨਾਮ ਬਤਾਇਆ ਸਰ? ਹਰਦੀਪ ਨਾਮ ਹੈ ਇਸਕਾ, ਖੋਦਪੁਰ ਆਵਾਸੀ ਹੈ। ਕਹਾਂ ਮਿਲਾ ਸਰ ਯੇ, ਕੌਨ ਸੇ ਬਤਾ? ਯੇ ਬਬੈਲ ਕੇ ਗਾਂਵ ਮੇ ਮਿਲਾ ਹੈ, ਔਰ ਯੇ ਨਦੀ ਕਿਨਾਰੇ। ਠੀਕ। ਖੋਦਪੁਰ ਕਾ ਰਹਿਣ ਵਾਲਾ ਹਰਦੀਪ ਹੈ, ਬਦੀਓ ਮੈਂ ਤਾਂ ਹੈ, ਔਰ ਪਰਸੋਂ ਇਸਕੀ ਸ਼ਾਦੀ ਹੋਈ ਥੀ। ਹਾਂ, ਔਰ ਯਹਾਂ ਪੇ ਲਟਕੇ ਮਿਲੇ ਯੇ। ਕਿਆ ਕੰਮ ਕਰਤੇ? ਇਹ ਟਰੈਕਟਰ ਚਲਾਤਾ ਥਾ ਪਾਣੀ ਵਾਲਾ। ਹਾਂ, ਕੁਛ ਪਤਾ ਲੱਗਾ ਕਿ ਕਿਉਂ? ਰਾਤ 2:30 ਵਜੇ ਕਾ ਬੋਲ ਰਿਹਾ ਇਸਕਾ ਪਾਪਾ, ਆ ਤਾਂ ਕਰਤਾ ਆਪਣੇ ਬੜੇ ਭਾਈ ਤਾਂ ਮਿਲ ਲੈਣੇ।
इसका पापा बोला भाई बेदखल कर रखे हमने मारा तो कोई वो संबंध नहीं। फिर भी उस तक मिलने आ गया, फिर पता लग गया तो यहाँ लटक रहा। कौन सी जगह पे मिला ये? सात नंबर पिड्डी बेस पे। यहाँ क्या कुछ काम करता है? ये पानी का ट्रैक्टर चलाता था, ड्राइवरी करता था। आपके पास? मेरे पास भी और किसी के पास भी, दिहाड़ी करता था बेचारा।